ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਾਇਰਾ ਤੇ ਤੁਸੀਂ ਦੇਖ ਰਹੇ ਹੋ ਜੀ ਪੀਟੀਸੀ ਸ਼ੋਕੇਸ ਤੇ ਇੱਕ ਫਿਲਮ ਆਈ ਹੈ ਜਿਹਦੇ ਟ੍ਰੇਲਰ ਦੀ ਸਟਾਰਟਿੰਗ ਤੇ ਬਿਲਕੁਲ ਐ ਜਮਾ ਜਿੱਥੇ ਸਟਾਰਟ ਹੁੰਦਾ ਹੈ ਉਹਨਾਂ ਨੇ ਤੁਹਾਨੂੰ ਸਾਰਿਆਂ ਨੂੰ ਇੱਕ ਬੁਝਾਰਤ ਪਾਈ ਹੈ ਉਹ ਬੁਝਾਰਤ ਦਾ ਜਵਾਬ ਕੀ ਹੈ ਇਹ ਤੇ ਆਪਾਂ ਜਦ ਫਿਲਮ ਦੇਖਾਂਗੇ ਸਾਨੂੰ ਪਤਾ ਲੱਗ ਜਾਏਗਾ ਪਰ ਫਿਲਹਾਲ ਮੈਂ ਉਹਨਾਂ ਨੂੰ ਬੁਝਾਰਤਾਂ ਪਾਉਣੀਆਂ ਨੇ ਤੇ ਉਹਨਾਂ ਦੀ ਫਿਲਮ ਦੇ ਬਾਰੇ ਜਾਣਨਾ ਹੈ ਫਿਲਮ ਦਾ ਨਾਮ ਹੈ ਜੀ ਬਾਜਰੇ ਦਾ ਸਿੱਟਾ ਤੇ ਪਲੀਜ਼ ਵੈਲਕਮ ਇਹਦੀ ਅਮੇਜ਼ਿੰਗ ਜੀ ਸਟਾਰ ਕਾਸਟ ਨੂਰ ਚਾਹਲ ਤਾਨੀਆ ਐਮੀ ਵਿਰਕ ਰਾਈਟਰ ਐਂਡ ਡਾਇਰੈਕਟਰ ਜਸ ਗਰੇਵਾਲ ਸਤਿ ਸ਼੍ਰੀ ਅਕਾਲ ਐਂਡ ਵੈਲਕਮ ਟੂ ਪੀਟੀਸੀ ਸ਼ੋਕੇਸ ਹਾਊ ਆਰ ਯੂ ਆਲ ਤਾਨੀਆ ਸਭ ਤੋਂ ਪਹਿਲਾਂ ਬਹੁਤ ਬਹੁਤ ਕੰਗਰੈਚੁਲੇਸ਼ਨਸ ਟੂ ਯੂ ਬਿਕੋਜ਼ ਬਾਜਰੇ ਦਾ ਸਿੱਟਾ ਜਦੋਂ ਟ੍ਰੇਲਰ ਆਇਆ ਵੈਰੀ ਓਨੈਸਟਲੀ ਸੇਇੰਗ ਆਈ ਲਵਡ ਇਟ ਜੋ ਤੁਸੀਂ ਕੀਤਾ ਉਹਦੇ ਵਿੱਚ ਅਫਕੋਰਸ ਸਾਰਿਆਂ ਦਾ ਕੰਮ ਬਹੁਤ ਅੱਛਾ ਸੀ ਬਟ ਆਈ ਵਾਜ਼ ਫੀਲਿੰਗ ਸੋ ਪ੍ਰਾਊਡ ਕਿ ਇਹੋ ਜਿਹੀ ਸਕ੍ਰਿਪਟ ਤਾਨੀਆ ਨੇ ਚੂਜ਼ ਕੀਤੀ ਐਂਡ ਸ਼ੀ ਇਜ਼ ਡੂਇੰਗ ਇਟ ਰੀਅਲੀ ਫਰੋਮ ਦ ਕੋਰ ਆਫ ਮਾਈ ਹਾਰਟ ਆਈ ਐਮ ਸੇਇੰਗ ਦਿਸ ਆਈ ਵਾਜ਼ ਵੈਰੀ ਹੈਪੀ ਟੂ ਸੀ ਯੂ ਦੇਅਰ ਥੈਂਕ ਯੂ ਥੈਂਕ ਯੂ ਵਟ ਵਾਜ਼ ਯੋਰ ਯੈਸ ਮੂਮੈਂਟ ਫੋਰ ਦਿਸ ਫਿਲਮ ਦੇਰ ਵਾਜ਼ ਨੋ ਸਕੋਪ ਟੂ ਹੈਵ ਅ ਨੋ ਮੂਮੈਂਟ ਫੋਰ ਦਿਸ ਫਿਲਮ ਮੈਂ ਜਸ ਸਰ ਨਾਲ ਰੱਬ ਦਾ ਰੇਡੀਓ 2 ਕੀਤੀ ਸੀ ਜੀ ਐਂਡ ਮੈਂ ਉਹਨਾਂ ਦਾ ਜੋਨਰ ਉਹਨਾਂ ਦਾ ਕੰਮ ਉਦੋਂ ਵੇਖਿਆ ਸੀ ਐਂਡ ਆਈ ਥਿੰਕ ਉਹ ਇੱਕ ਬਲੈਸਿੰਗ ਸੀ ਫਿਲਮ ਮੇਰੇ ਲਈ ਮੈਂ ਉਦੋਂ ਤੋਂ ਚਾਹੁੰਦੀ ਸੀ ਵੀ ਮੈਂ ਜਸ ਸਰ ਨਾਲ ਇੱਕ ਫਿਲਮ ਕਰੂੰਗੀ ਐਂਡ ਆਈ ਐਮ ਬਲੈਸਡ ਇਨਫ ਵੀ ਇਹ ਫਿਲਮ ਆਈ ਐਂਡ ਹੀ ਚੋਜ਼ ਮੀ ਫੋਰ ਦਿਸ ਫਿਲਮ ਸੋ ਆਈ ਥਿੰਕ ਆਲ ਕ੍ਰੈਡਿਟ ਆਈ ਵੁੱਡ ਗਿਵ ਇਟ ਟੂ ਮਾਈ ਡਾਇਰੈਕਟਰ ਜੋ ਵੀ ਉਹਨਾਂ ਨੇ ਮੈਨੂੰ ਪੋਰਟਰੇਟ ਕੀਤਾ ਸਕਰੀਨ 'ਤੇ ਨੂਰ ਜਦੋਂ ਡੈਬਿਊ ਹੁੰਦਾ ਹੈ ਇਟਸ ਵੈਰੀ ਵੈਰੀ ਸਪੈਸ਼ਲ ਅੱਜ ਤੋਂ ਬਾਅਦ ਤੁਸੀਂ ਚਾਹੇ ਕਿੰਨੀਆਂ ਵੀ ਹੰਡਰਡਸ ਆਫ ਫਿਲਮਸ ਵੀ ਕਰੋਗੇ ਨਾ ਬਾਜਰੇ ਦਾ ਸਿੱਟਾ ਵਿਲ ਬੀ ਦੈਟ ਫਿਲਮ ਜੋ ਤੁਸੀਂ ਹਮੇਸ਼ਾ ਬਹੁਤ ਫੌਂਡਲੀ ਯਾਦ ਕਰੋਗੇ ਵਟ ਵਾਜ਼ ਯੋਰ ਦੈਟ ਕਾਲ ਕਿ ਨੂਰ ਤੁਸੀਂ ਔਨ ਬੋਰਡ ਹੋ ਬਾਜਰੇ ਦਾ ਸਿੱਟਾ ਤਾਨੀਆ ਦੇ ਨਾਲ ਐਮੀ ਵਿਰਕ ਦੇ ਨਾਲ ਤੁਸੀਂ ਕਰ ਰਹੇ ਹੋ ਵਟ ਵਾਜ਼ ਦੈਟ ਮੂਮੈਂਟ ਆਈ ਥਿੰਕ ਆਈ ਵਾਜ਼ ਮੈਂ ਤੁਹਾਡੇ ਘਰ ਸੀ ਹੈ ਨਾ ਵੀ ਵਰ ਐਟ ਯੋਅਰ ਪਲੇਸ ਐਂਡ ਉਦੋਂ ਮੈਨੂੰ ਫਿਲਮ ਦੀ ਕਹਾਣੀ ਮੋਟੀ ਮੋਟੀ ਦੱਸੀ ਸੀਗੀ ਐਂਡ ਆਈ ਵਾਜ਼ ਵੈਰੀ ਅਟਰੈਕਟਿਡ ਟੂ ਦ ਕੋਨਸੈਪਟ ਐਂਡ ਦ ਸਟੋਰੀ ਆਫ ਦ ਫਿਲਮ ਤਾਂ ਮੈਨੂੰ ਬਹੁਤ ਹੀ ਚੰਗਾ ਲੱਗਿਆ ਸੁਣ ਕੇ ਦੈਟ ਇਸ ਇੰਨੇ ਵੱਖਰੇ ਕੋਨਸੈਪਟ ਵਾਸਤੇ ਮੈਨੂੰ ਦਿਮਾਗ 'ਚ ਲਿੱਤਾ ਗਿਆ ਐਂਡ ਆਈ ਫੈਲਟ ਵੈਰੀ ਪ੍ਰਾਊਡ ਆਫ ਮਾਈ ਸੈਲਫ ਐਜ਼ ਵੈਲ ਅਤੇ ਬਹੁਤ ਚੰਗਾ ਲੱਗਿਆ ਦ ਹੋਲ ਐਕਸਪੀਰੀਅੰਸ ਵਾਜ਼ ਅਮੇਜ਼ਿੰਗ ਐਂਡ ਯੂਰ ਰਾਈਟ ਜਦੋਂ ਪਹਿਲੀ ਆਰ ਫਸਟ ਆਰ ਵੈਰੀ ਸਪੈਸ਼ਲ ਟੂ ਅਸ ਭਾਵੇਂ ਉਹ ਜਿਹੜਾ ਮਰਜ਼ੀ ਫਸਟ ਹੋਵੇ ਸੋ ਦਿਸ ਵਿਲ ਆਲਵੇਜ਼ ਬੀ ਅ ਫੌਂਡ ਮੈਮਰੀ ਫੋਰ ਮੀ ਐਮੀ ਟਾਈਮ ਐਂਡ ਅਗੇਨ ਜੋ ਸਕ੍ਰਿਪਟ ਤੁਸੀਂ ਚੂਜ਼ ਕਰ ਰਹੇ ਹੋ ਐਂਡ ਸਪੈਸ਼ਲੀ ਪਿਛਲੇ ਕੁਝ ਸਾਲਾਂ ਤੋਂ ਵਾਰ ਵਾਰ ਇਹ ਚੀਜ਼ ਪ੍ਰੂਵ ਹੋਈ ਹੈ ਕਿ ਐਮੀ ਵਿਰਕ ਜਿੱਥੇ ਹੱਥ ਪਾਉਂਦੇ ਨੇ ਆਈਦਰ ਹੀ ਇਜ਼ ਡੂਇੰਗ ਇਟ ਇਨ ਦ ਬੈਸਟ ਵੇ ਪੋਸੀਬਲ ਜਾਂ ਫਿਰ ਸਿਰਫ ਇੱਕ ਵਧੀਆ ਸਕ੍ਰਿਪਟ ਦੇ ਨਾਲ ਨਾਲ ਉਹ ਇਹ ਨਹੀਂ ਹੈ ਕਿ ਖਾਲੀ ਵਧੀਆ ਸਕ੍ਰਿਪਟ ਸੀ ਆਡੀਅੰਸ ਨਹੀਂ ਪਹੁੰਚੀ ਹੁਣ ਦੋਨੋਂ ਚੀਜ਼ਾਂ ਬਹੁਤ ਚੰਗੀ ਮਾਤਰਾ 'ਚ ਹੋਣ ਲੱਗ ਗਏ ਨੇ ਕ੍ਰਿਟਿਕਸ ਆਰ ਲਵਿੰਗ ਇਟ ਆਡੀਅੰਸ ਇਜ਼ ਲਵਿੰਗ ਇਟ ਨੰਬਰਸ ਵੀ ਬਹੁਤ ਜ਼ਿਆਦਾ ਤਗੜੇ ਆਉਣ ਲੱਗ ਗਏ ਨੇ ਹਾਊ ਇਜ਼ ਐਮੀ ਵਿਰਕ ਡੀਲਿੰਗ ਵਿਦ ਦਿਸ ਅਟੈਨਸ਼ਨ ਅਤੇ ਉਹਨਾਂ ਨੂੰ ਕਿਵੇਂ ਦਾ ਲੱਗਦਾ ਕਿ ਬਈ ਆਪਣੀ ਫਿਲਮ ਲੱਗ ਗਈ ਹੈ ਬਹੁਤ ਵਧੀਆ ਨੰਬਰ ਆ ਰਹੇ ਨੇ ਹੁਣ ਸਭ ਚੜ੍ਹਦੀ ਕਲਾ 'ਚ ਕੰਮ ਮੈਂ ਨਾ ਜਦੋਂ ਜਿਵੇਂ ਤੁਸੀਂ ਗੱਲ ਕਹੀ ਵੀ ਜਿਹੜੀ ਚੀਜ਼ ਨੂੰ ਹੱਥ ਪਾਉਣਾ ਹੋ ਜਾਂਦਾ ਉੱਦਾਂ ਨੀਗਾ ਮੈਂ ਬਲੈਸਡ ਹਾਂ ਮੈਂ ਕਰਮ ਵਾਲਾ ਜਿਹੜੇ ਮਤਲਬ ਦੋਸਤ ਮਿਲੇ ਜਾਂ ਤੁਸੀਂ ਭਰਾ ਕਹਿ ਲਓ ਭਰਾ ਮਿਲੇ ਵੀ ਜਿਹੜੇ ਮੇਰੇ ਨਾਲ ਕੰਮ ਕਰਦੇ ਆ ਜਿਹਨਾਂ ਨਾਲ ਜਾਂ ਮੈਂ ਕੰਮ ਕਰਦਾ ਰਾਈਟ ਭਾਵੇਂ ਉਹ ਜਸਵੀਰ ਆਇਆ ਜਗਦੀਪ ਸਿੱਧੂ ਆ ਅਮਰਦੀਪ ਸਿੰਘ ਆ ਰਾਕੇਸ਼ ਧਵਨ ਸਾਰੇ ਮੈਨੂੰ ਪਿਆਰ ਕਰਦੇ ਅਤੇ ਮੈਂ ਸਾਰਿਆਂ ਨੂੰ ਇਕੁਅਲੀ ਪਿਆਰ ਕਰਦਾ ਅਤੇ ਕੰਮ ਦੀ ਵੀ ਚਲੋ ਕੰਮ ਦੀ ਬੰਦਾ ਹਰ ਬੰਦਾ ਕਦਰ ਕਰਦਾ ਹੁੰਦਾ ਕੰਮ ਤਾਂ ਕਰਦੇ ਹਾਂ ਆਪਾਂ ਇੱਕ ਦੂਜੇ ਨਾਲ ਵੈਸੇ ਵੀ ਸੱਜਣ ਮਿੱਤਰ ਇੱਕ ਦੂਜੇ ਲਈ ਮੁੰਡੇ ਨਾਲ ਮੁੰਡਾ ਜੋੜ ਕੇ ਖੜਨ ਵਾਲੇ ਹੈਗੇ ਹਾਂ ਰੱਬ ਨਾ ਕਰੇ ਕੱਲ੍ਹ ਨੂੰ ਮੇਰਾ ਉੱਚਾ ਨੀਵਾਂ ਟਾਈਮ ਆਉਂਦਾ ਜਾਂ ਠੰਡਾ ਮਿੱਠਾ ਟਾਈਮ ਆਊਗਾ ਤਾਂ ਇਹਨਾਂ ਦੇ ਵਿੱਚੋਂ ਜੇ ਮੈਂ ਸੈਲਫਿਸ਼ ਹੋ ਕੇ ਵੀ ਸੋਚਾਂ ਤਾਂ ਤਿੰਨਾਂ ਚੋਹਾਂ 'ਚੋਂ ਇੱਕ ਤਾਂ ਚੱਲਦਾ ਊ ਇੱਕ ਆਪੇ ਸਾਂਭ ਲੂਗਾ ਅੱਜ ਕੱਲ੍ਹ ਨੂੰ ਉੱਚਾ ਨੀਵੇਂ ਹੋ ਗਿਆ ਮੈਂ ਸੋ ਅੱਜ ਜੇ ਕਿਸੇ ਨੂੰ ਅੱਜ ਮੇਰੀ ਲੋੜ ਆ ਜੇ ਮੈਂ ਉਹਦੇ ਲਈ ਕੁਛ ਕਰ ਸਕਦਾ ਹੋਊਂਗਾ ਤਾਂ ਡੈਫੀਨੇਟਲੀ ਮੈਂ ਅੱਜ ਉਹਦੇ ਲਈ ਕਰੂੰਗਾ ਅੱਜ ਕਿਸੇ ਦੇ ਵਿੱਚ ਹੀ ਨੀਵੀਂ ਟਾਈਮ ਆਉਂਦਾ ਸੋ ਇਹ ਹੱਥ ਨੂੰ ਹੱਥ ਆ ਅਤੇ ਪਿਆਰ ਆ ਸਭ ਤੋਂ ਇੰਪੋਰਟੈਂਟ ਚੀਜ਼ ਇਹ ਆ ਵੀ ਤੁਸੀਂ ਕੱਲ੍ਹ ਨੂੰ ਬਿਨਾਂ ਕੰਮ ਤੋਂ ਵੀ ਕਿਸੇ ਨੂੰ ਮੂੰਹ ਮੱਥੇ ਲਾਓ ਅਤੇ ਤੁਹਾਡਾ ਮਤਲਬ ਉਦੋਂ ਇਹ ਨਾ ਹੋਵੇ ਵੀ ਤੁਸੀਂ ਬਹਿ ਹੀ ਨਾ ਸਕੋ ਇੱਕ ਦੂਜੇ ਕੋਲ ਵੀ ਇੱਦਾਂ ਦਾ ਇੰਨਾ ਮਾੜਾ ਰਿਲੇਸ਼ਨ ਨਾ ਹੋਵੇ ਸੋ ਇਹ ਚੀਜ਼ਾਂ ਕਰਕੇ ਮੈਂ ਕਰਮ ਵਾਲਾ ਆਪਣੇ ਆਪ ਨੂੰ ਬਲੈਸ ਮੰਨਦਾ ਕਰਮ ਵਾਲਾ ਮੰਨਦਾ ਵੀ ਮੈਨੂੰ ਇਹ ਸੱਜਣ ਮਿੱਤਰ ਮਿਲਿਆ ਜਿਹੜੇ ਮੈਨੂੰ ਲਈ ਫਿਰਦੇ ਆ ਭਾਵੇਂ ਉਹ ਡਾਇਰੈਕਟ ਕਰ ਰਹੇ ਨੇ ਮੇਰੀਆਂ ਫਿਲਮਾਂ ਭਾਵੇਂ ਉਹ ਲਿਖ ਰਹੇ ਨੇ ਜਿਹੜੀਆਂ ਮੈਂ ਇੱਥੇ ਕਿਉਂ ਹਾਂ ਚੰਗੀਆਂ ਸਕ੍ਰਿਪਟਾਂ ਕਰਕੇ ਇੱਥੇ ਬੈਠਾ ਨਾ ਚੰਗੀਆਂ ਸਕ੍ਰਿਪਟਾਂ ਆਈਆਂ ਤਾਂ ਫਿਲਮਾਂ ਚੱਲੀਆਂ ਜਿੰਨੇ ਨੰਬਰਸ ਮਤਲਬ ਚਲੋ ਉੱਚ ਨੀਵੇਂ ਹੁੰਦੇ ਰਹਿੰਦੇ ਆ ਸੋ ਫਿਲਮਾਂ ਮੈਨੂੰ ਇੱਥੇ ਤੱਕ ਲੈ ਕੇ ਆਈਆਂ ਜੇ ਅੱਜ ਆਪਾਂ ਇੰਟਰਵਿਊ ਕਰ ਰਹੇ ਹਾਂ ਇਸ ਫਿਲਮ ਦਾ ਵੀ ਕਰ ਰਹੇ ਹਾਂ ਜੇ ਇਸ ਫਿਲਮ ਲਈ ਮੈਂ ਐਲੀਜੀਬਲ ਸੀ ਜਾਂ ਇਸ ਫਿਲਮ ਨੂੰ ਮੈਂ ਵੱਡੇ ਕਰਨ ਦੇ ਵਿੱਚ ਹਿੱਸਾ ਪਾਇਆ
ਤਾਂ ਉਹਦੇ 'ਚ ਰਾਈਟਰਾਂ ਅਤੇ ਡਾਇਰੈਕਟਰਾਂ ਦਾ ਬੜਾ ਸਹਿਯੋਗ, ਇਹਨਾਂ ਦੀ ਮਤਲਬ ਸਹਿਯੋਗ ਰਿਹਾ। ਹਾਲਾਂਕਿ ਹਰ ਮਤਲਬ ਇਕੱਲੇ ਰਾਈਟਰ ਡਾਇਰੈਕਟਰ ਵੀ ਫਿਲਮ ਨਹੀਂ ਬਣਾ ਸਕਦੇ ਜੇ ਉਹਨਾਂ ਕੋਲ ਆਰਟਿਸਟ ਨਾ ਹੋਣ, ਅਤੇ ਇਕੱਲੇ ਆਰਟਿਸਟ ਵੀ ਫਿਲਮ ਨਹੀਂ ਬਣਾ ਸਕਦੇ ਉਹਨਾਂ ਕੋਲ ਰਾਈਟਰ ਡਾਇਰੈਕਟਰ ਨਾ ਹੋਣ। ਸੋ ਮਤਲਬ ਮੇਰੇ ਲਈ ਇਹ ਚੀਜ਼, ਜੇ ਮੈਂ ਆਪਣੇ ਆਪਣੇ ਕੈਰੀਅਰ ਦੇ ਪੁਆਇੰਟ ਆਫ ਵਿਊ ਤੋਂ ਸੋਚਾਂ ਤਾਂ ਮੇਰੇ ਲਈ ਸਭ ਤੋਂ ਵੱਡਾ ਪੋਜ਼ਿਟਿਵ ਪੁਆਇੰਟ ਇਹ ਹੈ ਵੀ ਮੈਨੂੰ ਤਿੰਨੇ ਚਾਰੇ ਜਣੇ ਬਹੁਤ ਪਿਆਰ ਕਰਦੇ ਨੇ, ਰਾਈਟਰਸ ਦੀ ਗੱਲ ਕਰਦਾ, ਡਾਇਰੈਕਟਰਸ ਵੀ ਹੈਗੇ ਨੇ, ਨੰਬਰ ਆਫ ਡਾਇਰੈਕਟਰਸ ਐਜ਼ ਵੈਲ, ਜਿਵੇਂ ਸਿਮਰ ਭਾਅ ਜੀ ਨੇ, ਸਾਰੇ ਬੰਦੇ ਨੇ, ਅਨੁਰਾਗ ਭਾਅ ਜੀ ਨੇ, ਭਾਵੇਂ ਮੈਂ ਕੰਮ ਨਹੀਂ ਵੀ ਕੀਤਾ ਬਟ ਮੈਂ ਬਹੁਤ ਸਤਿਕਾਰ ਕਰਦਾ ਉਹਨਾਂ ਦਾ, ਅਤੇ ਹੋਰ ਵੀ ਕਾਫੀ ਬੰਦੇ ਪੰਜਾਬੀ ਦਾਦੂ ਨੇ, ਸੋ ਕਾਫੀ ਬੰਦੇ ਆ ਜਿਹਨਾਂ ਨਾਲ ਮੈਂ ਕੰਮ ਕਰਨਾ ਵੀ ਚਾਹੁੰਦਾ ਅਤੇ ਕਰੀ ਵੀ ਜਾਂਦਾ ਅਤੇ ਗਾਂਹ ਵੀ ਕਰੂੰਗਾ। ਬਿਲਕੁਲ, ਔਰ ਮੇਰਾ ਸਵਾਲ ਸੀਗਾ ਕਿ ਜਦੋਂ ਨੰਬਰਸ ਆਉਂਦੇ ਨੇ ਉਹ ਤੁਹਾਨੂੰ ਉਹ ਇੱਕ ਅਜੀਬ ਜਿਹੀ ਐਂਗਜ਼ਾਇਟੀ ਹੁੰਦੀ ਉਹਨੂੰ ਲੈ ਕੇ ਕਿ ਬਹੁਤ ਖੁਸ਼ੀ ਹੋ ਰਹੀ ਹੁੰਦੀ ਹੈ ਪਰ ਯੂ ਆਰ ਨਰਵਸ ਆਲਸੋ ਵੀ ਅਗਲੀ ਵਾਰ ਵੀ ਇਹ ਚੀਜ਼ ਹੋਣੀ ਚਾਹੀਦੀ ਹੈ, ਫਿਰ ਹੁਣ ਇੱਕ ਹੁੰਦਾ ਬੈਂਚ ਮਾਰਕ ਦਾ ਸੈੱਟ ਹੋ ਜਾਂਦਾ ਕਿ ਜਿੱਦਾਂ ਸੌਂਕਣ ਦਾ ਸੌਂਕਣ 57-58 ਹੋ ਗਈ ਹੈ ਨਾ, ਅਤੇ ਨੰਬਰਸ ਉਸ ਲੈਵਲ 'ਤੇ ਲੈ ਕੇ ਜਾਣੇ ਬਹੁਤ ਹੀ ਕੁਛ ਐਕਸਟਰਾਆਰਡਨਰੀ ਕਰਨਾ ਪਊਗਾ। ਰਾਈਟ ਨਾਓ ਮੇਰੀਆਂ ਨੰਬਰ ਆਫ ਫਿਲਮਸ ਜ਼ਿਆਦਾ ਨੇ ਪਰ ਈਅਰ, ਰਾਈਟ, ਅਤੇ ਜੇ ਸਾਲ ਦੀ ਐਨਗਾ ਵੀ ਮੈਂ ਇੱਕ ਬਣਾਊਂਗਾ ਤਾਂ ਬਹੁਤ ਵਧੀਆ ਬਣਾਊਂਗਾ, ਮੈਂ ਤਾਂ ਚਾਰਾਂ 'ਤੇ ਸੇਮ ਜ਼ੋਰ ਲਾਉਣਾ, ਪੰਜਾਂ 'ਤੇ ਸੇਮ ਜ਼ੋਰ ਲਾਉਣਾ, ਨਾਲੇ ਬੈਕਲੋਗ ਇਕੱਠਾ ਹੋਇਆ ਹੋਇਆ, ਅਤੇ ਜੇ ਬੈਕਲੋਗ ਨਾ ਵੀ ਇਕੱਠਾ ਹੋਇਆ ਹੁੰਦਾ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਵੀ ਮੈਂ 4-5 ਫਿਲਮਾਂ ਕਰਿਆ ਕਰੂੰਗਾ ਅਤੇ ਮੈਨੂੰ ਕਰਨੀਆਂ ਵੀ ਚਾਹੀਦੀਆਂ ਅਤੇ ਕਰ ਸਕਦਾ ਵੀ ਹਾਂ ਮੈਂ, ਰਾਈਟ। ਸੋ ਨੰਬਰਸ ਐਕਸਾਈਟ ਕਰਦੇ ਇੱਕ ਸਰਟਨ ਲੈਵਲ ਤੱਕ, ਅਤੇ ਇੱਕ ਵਾਰੀ ਕੋਈ ਬੰਦਾ ਪੁੱਛਦਾ ਸੀਗਾ ਤੁਸੀਂ ਵਰਲਡ ਦੇ 7ਵੇਂ ਨੰਬਰ 'ਤੇ ਰਿਚੈਸਟ ਬੰਦੇ ਬਣ ਗਏ ਹੋ, ਵਾਟ ਯੂ ਫੀਲ, ਕਹਿੰਦਾ ਐਮ ਆਈ ਔਨ 7th ਨੰਬਰ, ਉਹ ਕਹਿੰਦੇ ਯੈਸ ਯੂ ਆਰ ਸਰ ਯੂ ਆਰ ਔਨ 7th ਨੰਬਰ, ਵੀ ਹਾਊ ਡੂ ਯੂ ਫੀਲ ਰਾਈਟ ਨਾਓ, ਕਹਿੰਦਾ ਇਟ ਮੈਟਰਸ ਲਾਈਕ ਟਿਲ ਸਰਟਨ ਨੰਬਰਸ ਲਾਈਕ 1 million, 2 billion, 3 billion, 5, 10, 100 billion, ਨਾਓ ਇਟਸ ਜਸਟ ਨੰਬਰਸ, ਡਜ਼ਨਟ ਮੈਟਰ, ਇਟਸ ਜਸਟ ਨੰਬਰਸ, ਜ਼ੀਰੋ ਇਨਕਰੀਜ਼ ਹੋ ਰਹੀਆਂ, ਅਪ ਸਾਈਡ ਡਾਊਨ ਹੋਈ ਜਾਂਦਾ, ਪਹਿਲੇ ਤਾਂ 7ਵੇਂ 'ਤੇ ਚੱਲ ਗਿਆ, 8ਵੇਂ 'ਤੇ ਹੋ ਜਾਊਗਾ, ਦੂਜੇ 'ਤੇ ਆ ਜਾਊਗਾ, ਪਹਿਲੇ 'ਤੇ ਆ ਜਾਊਗਾ, ਨਾਓ ਇਟਸ ਜਸਟ ਨੰਬਰਸ, ਡਜ਼ਨਟ ਮੈਟਰ। ਰਾਈਟ ਨਾਓ ਨੰਬਰਾਂ ਦੀ ਦੌੜ ਹੈ, ਬਟ ਰਾਈਟ ਨਾਓ ਇਟਸ ਲਾਈਕ ਜਦੋਂ ਫਿਲਮ ਸਾਡੀ 30-35 ਕ੍ਰੋਸ ਕਰ ਗਈ ਸੀ ਉਸ ਤੋਂ ਬਾਅਦ 'ਚ ਮੈਂ ਕਿਹਾ ਇਟਸ ਜਸਟ ਨੰਬਰਸ, ਦੈਟਸ ਇਟ, ਮੇਰੀ ਜ਼ਿੰਮੇਵਾਰੀ ਨਿਬੜ ਗਈ, ਪੈਸੇ ਘਰੇ ਪ੍ਰੋਡਿਊਸਰ ਤੇ ਆ ਗਏ, ਕਹਾਣੀ ਖਤਮ। ਯੈਸ ਯੈਸ, ਸੋ ਦੀਸ ਆਰ ਦ ਮੇਨ ਥਿੰਗਸ, ਮੇਰਾ ਸਭ ਤੋਂ ਪਹਿਲਾ ਕੰਸਰਨ ਇਹ ਹੁੰਦਾ ਵੀ ਜਿਹਦੇ ਲੱਗੇ ਆ ਉਹਦੇ ਘਰ ਮੁੜੇ ਹੋਣ, ਅਤੇ ਉਹ ਤੋਂ ਬਾਅਦ 'ਚ ਉਹ ਬਾਕੀ ਤੇਰੇ ਭਾਗ ਲੱਛੀ, ਬਾਕੀ ਕਿੰਨੇ ਦਿਨ ਬਣਦੇ ਆ ਉਹ ਤੇਰੇ 'ਤੇ ਡਿਪੈਂਡ ਕਰਦਾ। ਰਾਈਟ ਜਸ ਜੀ, ਜੋ ਸਟੋਰੀਜ਼ ਤੁਸੀਂ ਹੁਣ ਤੱਕ ਇੰਡਸਟਰੀ ਨੂੰ ਦਿੱਤੀਆਂ ਨੇ, ਜੋ ਸਟੋਰੀਜ਼ ਤੁਸੀਂ ਆਪਣੇ ਰਾਈਟਿੰਗ ਦੇ ਜ਼ਰੀਏ ਕਈਆਂ ਨੇ ਬਹੁਤ ਹੀ ਫੈਮਿਲੀ ਓਰੀਐਂਟਿਡ ਸਮਵੇਅਰ, ਬਹੁਤ ਬਹੁਤ ਜ਼ਿਆਦਾ ਇੱਕ ਪੰਜਾਬੀ ਆਡੀਅੰਸ ਦੇ ਨਾਲ ਜਿਵੇਂ ਕਹਿਣਾ ਕਿ ਦਿਲ ਤੋਂ ਦਿਲ ਦਾ ਰਿਸ਼ਤਾ ਬਣਦਾ ਉਹਨਾਂ ਸਕ੍ਰਿਪਟਸ ਦਾ, ਔਰ ਅੱਜ ਵੀ ਉਹ ਟੀਵੀ 'ਤੇ ਜਦ ਆਉਂਦੀਆਂ ਹੁੰਦੀਆਂ ਨੇ ਜਾਂ ਯੂਟਿਊਬ 'ਤੇ ਕਿਤੇ ਦੇਖ ਲਈਏ, ਰੈਂਡਮਲੀ ਰੁਕ ਜਾਂਦਾ ਬੰਦਾ ਕਿ ਅੱਛਾ ਆਹ ਵਾਲਾ ਸੀਨ ਦੇਖ ਲਈਏ, ਬੜਾ ਪਿਆਰਾ ਸੀਨ ਸੀ, ਕਾਈਂਡ ਆਫ ਦ, ਐਸੇ ਬਹੁਤ ਸਾਰੇ ਆਈਕੋਨਿਕ ਸੀਨਸ ਨੇ, ਨੰਬਰ ਆਫ ਫਿਲਮਸ ਸੀ ਜਿਹੜੀਆਂ ਤੁਸੀਂ ਹੁਣ ਤੱਕ ਦਿੱਤੀਆਂ ਨੇ। ਬਾਜਰੇ ਦਾ ਸਿੱਟਾ ਜਦੋਂ ਤੁਸੀਂ ਫਾਈਨਲਾਈਜ਼ ਕੀਤੀ, ਲੌਕ ਕੀਤੀ, ਵਾਟ ਵਾਜ਼ ਦੈਟ ਮੂਮੈਂਟ ਫੋਰ ਦਿਸ ਫਿਲਮ ਕਿ ਤੁਹਾਨੂੰ ਲੱਗਾ ਕਿ ਦਿਸ ਇਜ਼ ਗੋਇੰਗ ਟੂ ਕਿਲ ਇਟ, ਹੁਣ ਅਸੀਂ ਇਹ ਕਰਦੇ ਹਾਂ, ਔਨ ਫਲੋਰ ਲੈ ਕੇ ਜਾਂਦੇ ਹਾਂ, ਬਣਾਉਂਦੇ ਹਾਂ, ਅਤੇ ਪੱਕਾ ਮਜ਼ਾ ਆਏਗਾ, ਅਤੇ ਆਡੀਅੰਸ ਨਾਲ ਕਨੈਕਟ ਹੋਏਗੀ ਇਹ ਕਹਾਣੀ ਵੀ। ਦੀ ਮੂਵਮੈਂਟ ਮਤਲਬ ਫਿਲਮ ਦਾ ਕਿਹੜਾ ਸੀਨ ਸੀ ਕਿ ਜਿਹਨੂੰ ਬਣਾ ਕੇ ਮੈਨੂੰ ਲੱਗਿਆ, ਲਿਖਿਆ ਤੁਸੀਂ ਲਿਖਦੇ ਲਿਖਦੇ ਐਂਡ ਯੂ ਥੌਟ ਕਿ ਬਾਈ ਗੱਲ ਬਣ ਰਹੀ ਹੈ, ਗੱਲ ਬਣੂਗੀ, ਆਡੀਅੰਸ ਨਾਲ ਕਨੈਕਟ ਹੋਊਗੀ, ਲੱਗ ਗਿਆ ਸਿਰਾ, ਕੋਈ ਸੀਗਾ ਇਹ ਸਭ ਮੂਵਮੈਂਟ ਜਿੱਥੇ ਤੁਸੀਂ ਕੌਨਫੀਡੈਂਟ ਹੋ ਗਏ ਕਿ ਓਕੇ ਹੁਣ ਇਹ ਫਿਲਮ ਬਣ ਸਕਦੀ ਹੈ? ਸਭ ਤੋਂ ਵਧੀਆ ਤਾਂ ਇਹ ਸੀ ਜਦੋਂ ਬਾਜਰੇ ਦਾ ਸਿੱਟਾ ਟਾਈਟਲ ਚੂਜ਼ ਕੀਤਾ ਨਾ ਜੀ, ਅਤੇ ਜਾ ਕੇ ਮੈਂ ਆਪਦੇ ਨਾਲਦਿਆਂ ਨੂੰ ਫਿਰ ਪ੍ਰੋਡਿਊਸਰਸ ਨੂੰ ਵੀ, ਮੈਂ ਕਿਹਾ ਯਾਰ ਇੱਕ ਟਾਈਟਲ ਆਇਆ ਦਿਮਾਗ 'ਚ ਬਾਜਰੇ ਦਾ ਸਿੱਟਾ, ਸਾਰੇ ਕਹਿੰਦੇ ਬਾਈ ਬਹੁਤ ਵਧੀਆ ਟਾਈਟਲ ਆ, ਬਹੁਤ ਵਧੀਆ, ਉਦੋਂ ਹੀ ਲੱਗਿਆ ਯਾਰ ਇਹ ਕੁਛ ਵੱਡਾ ਹੈ ਨਾ। ਹੁਣ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ, ਹੁਣ ਜਿੱਦਾਂ ਸਾਡੀ ਅਗਲੀ ਫਿਲਮ ਆ ਸੀ ਜੇ ਰਜਿਸਟਰ ਕਰਵਾਇਆ ਨਹੀਂ ਟਾਈਟਲ, ਤਾਂ ਡਿਸਕਲੋਜ਼ ਕਰਨਾ ਨਹੀਂ, ਅਸੀਂ ਕਰ ਵੀ ਦਿੰਦੇ, ਅਤੇ ਉਹ ਟਾਈਟਲ ਨੇ ਹੀ ਫਿਲਮ ਫੜਦੀ, ਅਗਲੀ ਜਿਹੜੀ ਫਿਲਮ ਅਸੀਂ ਕਰਾਂਗੇ, ਮਤਲਬ ਜੋਨਰ ਸੇਮ ਨਹੀਂ ਬਟ ਰੰਗ ਜੇ ਕਈ ਨੇ ਉਸ ਫਿਲਮ ਦੇ ਵਿੱਚ ਵੀ, ਉਹ ਮਤਲਬ 3-4 ਸਟੋਰੀਆਂ ਇਕੱਠੀਆਂ ਕਰਕੇ ਬਣਾ ਰਹੇ ਹਾਂ ਅਸੀਂ, 3 ਸਟੋਰੀਜ਼, ਇੱਕ 47 ਦੀ, ਇੱਕ 84 ਦੀ, ਇੱਕ ਪ੍ਰੈਜੈਂਟ ਟਾਈਮ ਦੀ, ਅਤੇ ਉਹਦਾ ਟਾਈਟਲ ਇੰਨਾ ਪਿਆਰਾ, ਅਤੇ ਉਹ ਮਤਲਬ ਟਾਈਟਲ ਨੇ ਹੀ ਕਿੰਨਾ ਕੁਛ ਦੱਸਦਾ ਫਿਲਮ ਦਾ ਹੈ ਨਾ, ਅਤੇ ਉਹ ਮਤਲਬ ਬੜੀ ਪਿਆਰੀ ਫਿਲਮ ਹੈ, ਅਤੇ ਉਹ ਟਾਈਟਲ ਹੀ ਐਕਸਾਈਟ ਕਰਦਾ ਤੁਹਾਨੂੰ, ਟਾਈਟਲ ਤੋਂ ਹੀ ਫਿਲਮ ਅੱਗੇ ਜਨਰੇਟ ਹੋ ਜਾਂਦੀ ਸਾਰੀ। ਆਪਾਂ ਟ੍ਰੇਲਰ 'ਤੇ ਵੀ ਤਾਂ ਹੀ ਕਲਿੱਕ ਕਰਦੇ ਜਦੋਂ ਸਾਨੂੰ ਟਾਈਟਲ ਬਹੁਤ ਵਧੀਆ, ਕੁਅਰਕੀ, ਡਿਫਰੈਂਟ ਜਾਂ ਆਪਣੇ ਨਾਲ ਜੁੜਦਾ ਹੋਇਆ ਲੱਗੇ, ਤਾਂ ਹੀ ਅਸੀਂ ਟ੍ਰੇਲਰ ਵੀ ਤਾਂ ਹੀ ਦੇਖਾਂਗੇ, ਆਮ ਜਿਹੜੀ ਜਨਤਾ ਤਾਂ ਹੀ ਦੇਖਦੀ ਹੈ। ਸੋ ਜਸ ਤੁਹਾਨੂੰ ਲੱਗਦਾ ਕਿ ਹੁਣ ਤੁਹਾਨੂੰ ਜਿਹੜੀ ਉਹ ਨਬਜ਼ ਹੈ ਆਡੀਅੰਸ ਦੀ ਉਹ ਪਤਾ ਲੱਗ ਚੁੱਕੀ ਹੋਈ ਹੈ? ਇਸ ਗੱਲ ਦੀ ਖੈਰ ਕੋਈ ਗਰੰਟੀ ਕਦੇ ਨਹੀਂ ਹੋ ਸਕਦੀ, ਕੋਈ ਨਹੀਂ ਦੇ ਸਕਦਾ, ਕੋਈ ਨਹੀਂ ਦੇ ਸਕਦਾ, ਕੋਈ ਨਹੀਂ ਫੜ ਸਕਦਾ ਨਬਜ਼, ਕਿਉਂਕਿ ਇਹ ਨਬਜ਼ ਵੀ ਬਦਲਦੀ ਰਹਿੰਦੀ ਹੈ। ਯੈਸ, ਜਿਸ ਦਿਨ ਮੈਂ ਕਹਿਤਾ ਕਿ ਮੈਨੂੰ ਸਮਝ ਆ ਗਈ ਸਮਝੋ, ਉਸ ਦਿਨ ਤੋਂ ਮੈਂ ਨਬਜ਼ ਭੁੱਲ ਗਿਆ। ਯੈਸ, ਬਾਜਰੇ ਦਾ ਸਿੱਟਾ ਫਿਲਮ ਮੈਨੂੰ ਲੱਗਦਾ ਨਬਜ਼ ਨੂੰ ਫੜ ਰਹੀ ਹੈ। ਹਾਂ, ਸੋ ਇਹ ਵਧੀਆ ਜਾਊਗੀ ਅੱਗੇ ਦੀ
अल्लाह मालिक है जी। जी डेफिनेटली। तान्या पीछे पोस्टर देख रही हैं, पूरी एक हंसदी खेड़दी फैमिली नज़र आ रही है पोस्टर ते। और मेरा ऐसा पर्सनल बिलीव है कि जो फैमिली इदा हंसदियाँ खेड़दियाँ हुई नज़र आउंदियाँ ने, इहदे विच बहुत वड्डा एक योगदान जिहड़ा है फैमिली दी फीमेल्स हुंदियाँ ने उन्हां दा हुंदा है जी। अनसैड अनकहे इन्ने सारे सैक्रीफाइस हुंदे ने जो शायद कभी किसी नूं दस्से भी नहीं जांदे कि कुछ सैक्रीफाइस कीता है। यू वर प्लेइंग दैट लेडी द गर्ल जो एक ऐसे घुटमें जी एटमोसफेयर च मैरिड हो जाती जिथे मे बी जो करना चाहती है वो नहीं कर पा रही है। जो तुम ये सारा कुछ प्ले कर रहे थे कुड यू फील दैट सफोकेशन समवेयर कि बई एक होंगे कि थोड़े टैलेंट मौका ना मिलना, एक होंगे थोड़े टैलेंट घोट के कोई अंदर बंद कर रहा, कोई डब्बे च बंद कर रहा तो कि नहीं तुम बाहर नहीं जा सकते, वो सफोकेशन वाली फीलिंग आँदी सी कभी या हैव यू फेल्ट इट सम डे समवेयर इन योर लाइफ? कहते ना भी भावें पिंजरा सोने का हो पर अंदर बज के रहना बहुत औखा है क्योंकि जो अंदर उन्होंने आजादी चाहिए है। सो गल है भी किनू की चाहिए है, कई को पैसा बहुत है पर फिर भी खुश नहीं, कई को कोई दुख नहीं पर उन्होंने उन्होंने को पैसा घट है किसी ने कुछ। सो हर किसी को सब कुछ है बट जो एक कलाकार मैं कहनी हूँ कोई भी होए या कोई भी इंसान जिदा शौक है ना, शौक एड्डी वड्डी चीज़ है भी थोड़ा पैसा घर दे प्यार मुहब्बत कुछ भी आ जाए एक टाइमली तुसी कंट्रोल कर सकते हो कि चल मैं नहीं करता, बट मैं कहूँगी भी नहीं करना चाहिए। जे किसी नूं प्यार ते शौक चो कोई चीज़ चूज़ करनी पवे तो अपना शौक चूज़ करो क्योंकि कल नूं वो फ्रस्ट्रेशन थोड़ी प्यार ते निकलेगी फिर प्यार भी मुकूगा। सो यह चीज़ मैं फील की है भी मैं बहुत कोलों फील की है चीज़ कि शौक दबिया जाना इज़ वेरी पेनफुल, किसी का भी कोई भी नहीं दबिया जाना चाहिए। जरूरी नहीं कि गायकी या एक्टिंग पढ़ाई का भी कईयों नूं बहुत शौक हुंदा है, कईयों नूं कपड़े सीन का बहुत शौक है। सो किसी तरह का भी शौक दबिया नहीं जाना चाहिए। दिस इज अबाउट बाजे द सिट्टा एंड दिस इज समथिंग जो मैं परसनली बहुत कोलों फील किया। वेरी वैल सैड तान्या। आई नो ये जी लाइन है ना ये पता नहीं किन्नी कुड़ियों नूं अपने घर बैठे ईवन बॉयज़ नूं भी बहुत ज़्यादा इंस्पायर करन वाली है कि शौक ते प्यार चो आपां शौक शौक चूज़ करो क्योंकि वो फ्रस्ट्रेशन एक थोड़े दिन थोड़े महीने बीतनगे थोनू अंदरों फ्रस्ट्रेशन होनी शुरू हो जाएगी यार मैं अपने अंदरों कुछ मार रहा वो फ्रस्ट्रेशन उस बंदे ते निकलेगी या उस कुड़ी ते निकलेगी एंड एंड ऑफ द डे थोड़ा प्यार भी मुकूगा। सो मैं सार कढ़िया वेरी वेल पर्सनली एंड आई थिंक जो फर्स्ट सैगमेंट से काफ़ी सीरियस जहा हो गया, नाउ वी नीड टू लाइटन अप द मूड। तान्या मैं थोनू बिकॉज यू आर अ नॉन सिंगर एंड यू आर प्लेइंग अ सिंगर इन दिस फिल्म, सो मैं एक चीज़ थोड़ा दसना चाहनी हाँ तो थोड़े को जानूंगी भी बाद च। नसीरुद्दीन शाह जी उन्होंने एक वैब सीरीज़ के विच एक सिंगर का कैरेक्टर निभाया सी, सो आई वॉज वॉचिंग हिज इंटरव्यू उदे च उन्होंने बिकॉज ही इज ऑलसो नॉन सिंगर यस तो रिगार्डिंग इंटरव्यू हो रही थी पोस्ट दैट तो उन्होंने दसिया भी क्योंकि मैं सिंगर नहीं हाँ हूँ जब जिते अलाप आते जिथे हरकत मुरकियाँ उन्होंने तो बहुत व्डे लैवल का सिंगर दिखाया हुआ वो चीज़ मेरे अंदर अडैप्ट करनी मेरे लिए बहुत मुश्किल सी, पर उन्होंने नाल नाल साइड से ना क्लिप चलाई बाद इंटरव्यू के नाल नाल एंड इट वॉज द एग्जैक्ट जो हरकत लग रही थी जो मुरकी सी द एग्जैक्ट फेशियल एक्सप्रैशन फेस से और उन्होंने क्या मैं बहुत वर्क किया यस नैक ऑलसो वो भी पता लग जाता ना उन्होंने क्या उन्होंने बहुत मुश्किल प्रोसैस सेगा तो हाडे को जानना चाहूँगी तो हाडे लिए ये जड़ा नाल नाल सिंक करना है हाउ डिफिकल्ट वॉज इट? मैं गाया है सैट से जो जो गाना चलता है मैं गाया है नाल नाल सो इसकी वो हरकत आए सो वो मेरे लिपसिंक प्रॉपर आए वो मेरे नैक च एक्सप्रैशन होवे मैं गाया है प्रॉपरली सुरीला नहीं होएगा गल अड है पर वो बेताल नहीं सी मतलब वह कि उन्होंने कहते भी सिंक आउट नहीं सी रिदम च सीगा वो बेताला नहीं सी मैं गाया सो इसकी वो नैचुरल लगे एंड दैट इज़ वॉट एन एक्टर इज़। सो एक्टर का एक कह लो भी कर्तव्य है भी जो उन्होंने करैक्टर मिले उन्होंने बहुत मैं ब्लैसड हाँ भी मैं एक सिंगर का रोल प्ले कर मिले मेरे तो पहले बहुत जन बहुत लोगों ने किया नॉन सिंगर ने रॉक स्टार है आशकी टू है जिद सिंगर का रोल निभाया गया। सो आई थिंक इट्स अ बहुत वधिया चीज़ है भी थोड़ा इन्नी माइन्यूटली कोई चीज़ परफॉर्म कर मिल रही है कि फेशियल एक्सप्रैशन एंड गले दियाँ नाड़ा
ਤੇ ਮੈਂ ਗਾਇਆ ਹੈ ਵੀ ਮੈਂ ਤੇ ਖੁੱਲ ਕੇ ਸੈੱਟ ਤੇ ਗਾਇਆ ਆਈ ਡੋਨਟ ਨੋ ਇਹਨਾਂ ਨੇ ਸਾਰਿਆਂ ਨੇ ਕਿਵੇਂ ਸੁਣਿਆ ਹੋਏਗਾ ਪਰ ਮੈਂ ਗਾਇਆ ਅੱਛਾ ਚਲੋ 3 ਆਫ ਯੂ ਹੈਵ ਟੂ ਵਾਊਚ ਕੀ ਤਾਨੀਆਂ ਨੇ ਵਧੀਆ ਕੀਤਾ ਸਭ ਸਿੰਕ ਵਧੀਆ ਕੀਤਾ ਹਾਂ ਕਰ ਦੋ ਜਲਦੀ ਜਲਦੀ ਹਾਂ 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 ਓਕੇ ਸੋ ਵੀਲ ਪਲੇ ਅ ਗੇਮ ਦੈਨ ਸੋ ਗੇਮ ਹੈ ਬਹੁਤ ਈਜ਼ੀ ਵਿਚ ਇਜ਼ ਵਿਸਪਰ ਚੈਲੰਜ ਠੀਕ ਹੈ ਸੋ ਆਈ ਵਿਲ ਗਿਵ ਤਾਨੀਆ ਹੈੱਡਫੋਨਸ ਤਾਨੀਆ ਦੇ ਕੰਨ 'ਚ ਅਸੀਂ ਗਾਣੇ ਪਲੇ ਕਰਾਂਗੇ ਤਾਨੀਆ एकदम सैनिटाइज्ड ने लगाओ तुसी गाने प्ले करूंगी मैं इतों हाँ एंड दैन एमी नू नूर नू जस जी नू मैं लाइन्स दूंगी हाँ वो तुहानू समझाणगे तुहानू जे समझ आए तो सामने कैमरा च दसो ओके रेडी एक मिनट मैं गाना प्ले करदा पहले नूर सब तो पहला तुहाडे नाल शुरुआत करदे आ मैं तुहानू ये लाइन्स दूंगी तुसी तानिया नू समझाउणी द फर्स्ट वन ओ दी ओ दिन ओ देन डोपा देन डुब्बा बहुत लाउड डांस ओ दिन डुब्बा तलिया गाना है गाना है मुहावरा मूवी मुहावरा मुहावरा शी इज स्क्रीमिंग मुहावरा ओ दिन डुब्बा ਅੱਜ ਦਿਨ ਚੜਿਆ ਤੇ ਨਹੀਂ ਕੋੜੀ ਕੋੜੀ ਚੜਿਆ ਛਲਾਂਗ ਮਾਰਿਆ ਚੱਲੇ ਚੜਨਾ ਚੜਿਆ ਕੋੜੀ ਚੜਨਾ ਨਹੀਂ ਆਊਗਾ ਮੁਹਾਵਰਾ ਨਹੀਂ ਪਤਾ ਜਦੋਂ ਮੁਹਾਵਰਾ ਨਹੀਂ ਪਤਾ ਨਹੀਂ ਤੁਹਾਨੂੰ ਤੱਕ ਪਤਾ ਲੱਗ ਜਾਣਾ ਸੀ ਲਾਸਟ ਵਰਡ ਕੀ ਹੈ ਉਹ ਦਿਨ ਡੁੱਬਿਆ ਜਦੋਂ ਕੋੜੀ ਚੜਿਆ ਕੁੱਬਾ ਉਹ ਦਿਨ ਡੁੱਬਾ ਜਦੋਂ ਕੋੜੀ ਚੜਿਆ ਕੁੱਬਾ ਤਾਂ ਬਹੁਤ ਲਾਊਡ ਹੈ ਹਾਂ ਚਲ ਸੁਣ ਲੈ ਫਿਰ ਕੱਢ ਲੈ ਇੱਕ ਵਾਰ ਤਾਂ ਸੁਣ ਐਮੀ ਦੀ ਟਰਨ ਅੱਛਾ ਚਲੋ ਨੂੰ ਦੱਸ ਦਿਓ ਇਹ ਹੈਗਾ ਸੀ ਉਹ ਦਿਨ ਡੁੱਬਾ ਕੋੜੀ ਚੜਿਆ ਕੁੱਬਾ ਮਤਲਬ ਫਰ ਹਾਫ ਆਫ ਕਰੇ ਕੋੜੀ ਚੜਿਆ ਸਕਤੇ ਹੋ ਗਿਆ ਸੀ ਕਰੈਕਟ ਕਰੈਕਟ ਮੈਨੂੰ ਤੇ ਵੀ ਨਹੀਂ ਪਤਾ ਸੀ ਵੀ ਗਾਣਾ ਹੈ ਵੀ ਫਿਲਮ ਹੈ ਕਿ ਮੁਹਾਵਰਾ ਤੈਨੂੰ ਉਹ ਕਹਿੰਦੇ ਮੁਹਾਵਰਾ ਆ ਵੀ ਇਦਾਂ ਹੁਣ ਅਗਲੇ ਇੰਨਾ ਕੁ ਬੰਦੇ ਨੂੰ ਉਹ ਕਰ ਦੋ ਕਿਉਂਕਿ ਬਹੁਤ ਚੀਜ਼ਾਂ ਨੇ ਮੁਹਾਵਰਾ ਮੁਹਾਵਰਾ ਮੁਹਾਵਰੇ ਨੇ ਸਾਰੇ ਮੁਹਾਵਰੇ ਗਾਣਾ ਉਹ ਮੇਰੇ ਤੰਗ ਆ ਗਿਆ ਮੁਹਾਵਰੇ ਸਾਰੇ ਮੁਹਾਵਰੇ ਓਕੇ ਐਮੀ ਦੀ ਟਰਨ ਐਮੀ ਜੇ ਤੁਹਾਨੂੰ ਨਾ ਸਮਝ ਲੱਗੇ ਹੈਂਡ ਰਾਈਟਿੰਗ ਤੇ ਪੁੱਛ ਰਹੇ ਹੋ ਸੈਕਿੰਡ ਪੂਆ ਪੂਏ ਬੁੱਕ ਬੂਆ ਬੂਏ ਆਈ ਜੰਜ ਮੈਨੂੰ ਕੁੜੀ ਦੇ ਕੰਨ ਇਹ ਸੁਣਾ ਹੈ ਸ਼ੀ ਨਿਊ ਇਟ ਬਟ ਸ਼ੀ ਨਿਊ ਇਟ ਬੂਏ ਤੋਂ ਤੇ ਇਹ ਸਾਡੀ ਫਿਲਮ ਚ ਹੋਣਾ होर बोलो डड्डू लास्ट वर्ड इज चोर दा गवा टोबे दा गवा डड्डू वेल डन तान्या वेल डन लव जी थैंक यू तान्या वेल डन गाइस ते जेडी मैं अपनी ओपनिंग च गल कीती सी बुजारत अली ओदा जवाब मैं थोनू दसा तुसी से सही है कि गलत ओ बुजारत सी सब तो पहली ओही निके निके डिगरे संदूक खींची जांदे राजा पूछे रानी तो की जनर की जनर ਇਹਦਾ ਜਵਾਬ ਹੈ ਰੇਲ ਗੱਡੀ ਦੇ ਡੱਬੇ ਯੈਸ ਸਹੀ ਜਵਾਬ ਓਕੇ ਅੱਛਾ ਹੁਣ ਤੁਹਾਨੂੰ ਮੈਂ ਪੁੱਛਣੇ ਆ ਤੇ ਤੁਸੀਂ ਦੱਸਣੇ ਆ ਕਿ ਕੀ ਹੈ ਬੁਝਾਰਤ ਬੁਝਣੀ ਹੈ ਬੇਸਿਕਲੀ ਸਾਰੇ ਜਾਣੇ ਠੀਕ ਹੈ ਤੁਰਦੀ ਹਾਂ ਪਰ ਪੈਰ ਨਹੀਂ ਦੇਵਾਂ ਸਭ ਨੂੰ ਜਾਣ ਦੋ ਅੱਖਰਾਂ ਦੀ ਚੀਜ਼ ਆ ਬੁਝੋ ਮੇਰਾ ਨਾਮ ਤੁਰਦੀ ਹਾਂ ਪਰ ਪੈਰ ਨਹੀਂ ਹਵਾ ਦੇਵ ਵਾਹ ਜੀ ਵਾਹ ਵੈਲ ਡਨ ਵਨ ਗੋ ਦੋ ਅੱਖਰਾਂ ਦਾ ਨਾਮ ਹਾਂ ਵਾ ਅੱਛਾ ਹਾਂ ਹਾਂ ਤੇ ਬਾਬੇ ਨੂੰ ਦੋ ਅੱਖਰ ਅੱਛਾ ਦੋ ਨਾਮ ਠੀਕ ਹੈ ਨੈਕਸਟ ਗੋਲ ਮੋਲ ਹੈ ਉਸ ਦਾ ਚਿਹਰਾ ਪੇਟ ਨਾਲ ਹੈ ਰਿਸ਼ਤਾ ਗਹਿਰਾ ਇੰਟੈਸਟਾਈਨ ਹਾਂ ਲੱਡੂ ਇੰਟੈਸਟਾਈਨ ਲੱਡੂ ਰੋਟੀ ਰੋਟੀ ਵੈਰੀ ਨਾਈਸ ਜੀ ਬਹੁਤ ਬੋਲਦੇ ਮਤਲਬ ਜਿਵੇਂ ਰੋਟੀ ਲੱਡੂ ਸੇਮ ਹੀ ਹੋ ਸਕਦੇ ਆ ਪਰ ਉਹਦਾ ਜ਼ਿਆਦਾ ਰਿਸ਼ਤਾ ਨੇੜੇ ਆ ਰੋਟੀ ਦਾ ਗਾਟ ਇਟ ਹਾਂ ਸਾਨੂੰ ਮਤਲਬ ਨੇੜੇ ਪੈਂਦਾ ਜੀ ਐਮੀ ਆਪਣੇ ਪੰਜਾਬ 'ਚ ਇੱਕ ਪਹਿਲੇ ਕਹਾਵਤ ਹੁੰਦੀ ਸੀ ਵੀ ਇੱਟ ਪੁੱਟੋ ਤੇ ਸਿੰਗਰ ਨਿਕਲਦਾ ਵੀ ਇੰਨੇ ਜ਼ਿਆਦਾ ਸਿੰਗਰਸ ਪੰਜਾਬ 'ਚ ਕਹਿੰਦੇ ਨੇ ਔਰ ਨੈਚੁਰਲੀ ਪੰਜਾਬ 'ਚ ਟੈਲੈਂਟ ਹੈਗਾ ਹੈ ਹਰ ਕੋਈ ਵਧੀਆ ਗਾਉਂਦਾ ਹੈ ਐਟਲੀਸਟ ਡੀਸੈਂਟ ਐਵਰੇਜ ਘਰ ਬਾਥਰੂਮ ਸਿੰਗਰ ਤਾਂ ਹਰ ਕੋਈ ਹੈਗਾ ਹੀ ਹੈ ਪੰਜਾਬ 'ਚ ਬਟ ਵੈਨ ਯੂ ਸੀ
कि उहदे रियल स्ट्रगल एक सिंगर नूं उत्थों तक पहुँचण लई आ मी तुसीं तां कीता इस स्ट्रगल नूं तुसीं वी इस फेस चों निकल के इत्थों तक पहुँचे हो कि अज एक फिल्म कर रहे हो ਉਹ ਜੋ ਬੈਕ ਸਟੇਜ 'ਤੇ ਜੋ ਇੰਨਾ ਸਾਰਾ ਸਟਰਗਲ ਹੁੰਦਾ ਇੱਕ ਸਿੰਗਰ ਦਾ ਜੋ ਬਹੁਤ ਆਈ ਥਿੰਕ ਵੈਰੀ ਅਨਸੈਡ ਹੈ ਇੱਦਾਂ ਲੱਗਦਾ ਕਿ ਬਸ ਠੀਕ ਹੈ ਸੋਹਣੇ ਜਿਹੇ ਬਣ ਕੇ ਨਿਕਲੇ ਅਤੇ ਇੱਕ ਦਿਨ ਸਿੱਧਾ ਡਾਇਰੈਕਟਰ ਨੇ ਕਿਹਾ ਆਓ ਜੀ ਆਓ ਗਾਓ ਗਾਓ ਅਤੇ ਚਲੋ ਛਾ ਜਾਓ ਸੋ ਇਟਸ ਲਾਈਕ ਦੈਟ ਹਾਊ ਵੀ ਪਰਸੀਵ ਐਜ਼ ਆਡੀਅੰਸ ਐਵੇਂ ਤੁਸੀਂ ਦੱਸੋ ਜਦੋਂ ਤੁਸੀਂ ਐਜ਼ ਅ ਸਿੰਗਰ ਸਟਰਗਲ ਕਰ ਰਹੇ ਸੀ ਵਰ ਦੇ ਡੇਜ਼ ਜਦੋਂ ਤੁਹਾਨੂੰ ਲੱਗਦਾ ਸੀ ਨਹੀਂ ਗੱਲ ਬਣਨੀ ਨਹੀਂ ਇੱਦਾਂ ਨਹੀਂ ਕਦੇ ਲੱਗਿਆ ਕਦੇ ਵੀ ਨਹੀਂ ਲੱਗਿਆ ਮੈਂ ਮਤਲਬ ਗਾਉਣ ਤੋਂ ਵੀ ਪਹਿਲਾਂ ਜਦੋਂ ਮੈਂ ਸੋਚਿਆ ਵੀ ਨਹੀਂ ਸੀ ਵੀ ਮੈਂ ਸਿੰਗਰ ਬਣੂੰਗਾ ਕਦੇ ਉਦੋਂ ਵੀ ਨਹੀਂ ਮੈਂ ਸੋਚਿਆ ਵੀ ਗੱਲ ਨਹੀਂ ਬਣੂੰਗੀ ਮੈਂ ਕਿਹਾ ਗੱਲ ਤਾਂ ਬਣੂੰਗੀ ਕੁਛ ਨਾ ਕੁਛ ਤਾਂ ਕਰਾਂਗੇ ਮਤਲਬ ਲਾਈਮਲਾਈਟ ਵਾਲੀ ਚੀਜ਼ ਦੇ ਵਿੱਚ ਲਾਈਕ ਬੀਟ ਲਾਈਕ ਕ੍ਰਿਕਟਰ ਔਰ ਵੱਡਾ ਆਫਿਸਰ ਜਾਂ ਕੁਛ ਵੀ ਕਰਦਾ ਵੀ ਲਾਈਮਲਾਈਟ ਵਾਲਾ ਬੰਦਾ ਬਣਨਾ ਸੀਗਾ ਸ਼ੁਰੂ ਤੋਂ ਮਤਲਬ 9 to 5 ਵਾਲੀ ਜੋਬ ਦਾ ਨਹੀਂ ਸੀ ਮੈਨੂੰ ਹੈਗਾ ਵੀ ਮੈਂ ਉਹ ਨਹੀਂ ਕਰ ਪਾਊਂਗਾ ਅਤੇ ਬੰਨਿਆ ਜਾਂ ਨਹੀਂ ਸੀ ਰਹਿਣਾ ਚਾਹੁੰਦਾ ਸ਼ੁਰੂ ਤੋਂ ਹੀ ਅਤੇ ਬਟ ਇੱਦਾਂ ਨਹੀਂ ਗਾ ਕਦੇ ਲੱਗਿਆ ਅਤੇ ਜਿਹੜੀ ਗੱਲ ਆ ਦੂਜੀ ਵੀ ਇੱਟ ਪੁੱਟ ਅਤੇ ਸਿੰਗਰ ਵਾਲੀ ਇੱਟਾਂ ਕਸ ਲਈ ਪੁੱਟਣੀਆਂ ਲੱਗੀਆਂ ਰਹਿਣ ਦੀ ਅਤੇ ਸਿੰਗਰ ਜਨਰਲੀ ਅਸੀਂ ਪਿਛਲੇ ਇੰਟਰਵਿਊਜ਼ ਦੇ ਵਿੱਚ ਵੀ ਡਿਸਕਸ਼ਨ ਕਰਦੇ ਸੀਗੇ ਟੈਲੈਂਟ ਕਹਿ ਲਓ ਜਾਂ ਕੁਛ ਕਹਿ ਲਓ ਪੰਜਾਬ ਦਾ ਗੂੜਾ ਨਾਤਾ ਹੈ ਮਿਊਜ਼ਿਕ ਨਾਲ ਰਾਈਟ ਅਤੇ ਆਪਣਾ ਵੀ ਖੈਰ ਪੂਰੇ ਆਪਣੇ ਤੁਸੀਂ ਆਪਣਾ ਸਾਊਥ ਏਸ਼ੀਆ ਦਾ ਹੀ ਲਾ ਲਓ ਸਾਰੇ ਦਾ ਆਪਣਾ ਹੈਗਾ ਗੂੜਾ ਨਾਤਾ ਪਾਕਿਸਤਾਨ ਦਾ ਵੀ ਪੰਜਾਬ ਦਾ ਵੀ ਇੱਥੇ ਮਿਊਜ਼ਿਕ ਦੇ ਨੇੜੇ ਤੇੜੇ ਬਾਕੀ ਜਿਹੜੀਆਂ ਦੂਸਰੀਆਂ ਤੁਸੀਂ ਨੋਰਮਲ ਆਪਣੇ ਜੇ ਅਜੇ ਵੀ ਕੱਢੀ ਆਪਾਂ ਜੇ ਟ੍ਰਾਈਬਸ ਦੀ ਵੀ ਗੱਲ ਕਰੀਏ ਨਾ ਜਿਹੜੀਆਂ ਅਜੇ ਵੀ ਭਾਵੇਂ ਅਫਰੀਕਨ ਟ੍ਰਾਈਬਸ ਨੇ ਕਿਤੇ ਵੀ ਲਾ ਲਓ ਉਹਨਾਂ ਦਾ ਵੀ ਮਤਲਬ ਗਾਉਣ ਦਾ ਤਰੀਕਾ ਜਾਂ ਅੱਡ ਅੱਡ ਚਲੋ ਭਾਸ਼ਾਵਾਂ ਦੇ ਬੜੇ ਫਰਕ ਨੇ ਰਾਈਟ ਅਤੇ ਚੜ੍ਹਦੀ ਕਲਾ ਲਈ ਵੀ ਸੰਗੀਤ ਵਰਤਿਆ ਜਾਂਦਾ ਅਤੇ ਮਤਲਬ ਹੀਲਿੰਗ ਲਈ ਵੀ ਮਿਊਜ਼ਿਕ ਵਰਤਿਆ ਜਾਂਦਾ ਇਨਫੈਕਟ ਸੌਣ ਲਈ ਵੀ ਮਿਊਜ਼ਿਕ ਵਰਤਿਆ ਜਾਂਦਾ ਜਦੋਂ ਆਪਣਾ ਆਹ ਤੁਸੀਂ ਆਹ ਕਰਦੇ ਹਾਂ ਆਪਾਂ ਜਦੋਂ ਇਨਫੈਕਟ ਆ ਲੋਕ ਰਿਲੈਕਸੇਸ਼ਨ ਵਾਸਤੇ ਆਪਾਂ ਥਾਈ ਮਸਾਜ ਦੀ ਗੱਲ ਕਰਦੇ ਹਾਂ ਉੱਥੇ ਵੀ ਮਿਊਜ਼ਿਕ ਚੱਲਦਾ ਹੁੰਦਾ ਸੋ ਹਰ ਚੀਜ਼ ਲਈ ਮਿਊਜ਼ਿਕ ਵਰਤਿਆ ਜਾਂਦਾ ਸੋ ਕੁਛ ਹੁਣ ਜਿਵੇਂ ਆਪਣੀਆਂ ਸਿੱਠਣੀਆਂ ਸੁਹਾਗ ਹੁੰਦੇ ਆ ਇਨਫੈਕਟ ਜਦੋਂ ਕਿਸੇ ਨੂੰ ਆਪਣਾ ਉਹ ਕੀਰਨੇ ਪਾਉਂਦੇ ਜਾਂ ਜਦੋਂ ਕਿਸੇ ਦੀ ਡੈਥ ਹੋ ਜਾਂਦੀ ਆ ਉਦੋਂ ਵੀ ਆਪਣੇ ਦਾ ਮਤਲਬ ਰਾਈਮ 'ਚ ਹੁੰਦਾ ਮਿਊਜ਼ਿਕ ਚੱਲਦਾ ਕੰਮ ਸੋ ਮਿਊਜ਼ਿਕ ਨੇੜੇ ਪੈਂਦਾ ਆਪਾਂ ਨੂੰ ਸੋ ਤਾਂ ਕਰਕੇ ਮਤਲਬ ਹਰ ਬੰਦੇ ਦੇ ਘਰ ਗਾਉਣ ਵਜਾਉਣ ਚੱਲਦਾ ਸ਼ੁਰੂ ਤੋਂ ਭਾਵੇਂ ਮਤਲਬ ਜਦੋਂ ਘਰ ਜੰਮਦਾ ਉਦੋਂ ਵੀ ਮਤਲਬ ਮਿਊਜ਼ਿਕ ਹੈ ਬੰਦੇ ਦੇ ਘਰ 'ਤੇ ਜਦੋਂ ਬੰਦੇ ਨੇ ਜਾਣਾ ਉਦੋਂ ਵੀ ਮਿਊਜ਼ਿਕ ਹੈ ਸੋ ਮਿਊਜ਼ਿਕ ਬਹੁਤ ਹਰ ਬੰਦੇ ਨੂੰ ਨੇੜੇ ਪੈਂਦਾ ਗਿੱਧਾ ਆਪਣੀਆਂ ਬੇਬਿਆਂ ਬਜ਼ੁਰਗ ਪਾਉਂਦੀਆਂ ਹੀ ਆ ਰੋਜ਼ ਵਾਂਗੂ ਉਹਦੇ 'ਚ ਵੀ ਬੋਲੀਆਂ ਪੈਂਦੀਆਂ ਅਤੇ ਉਹ ਵੀ ਮਿਊਜ਼ਿਕ ਹੈ ਰਾਈਟ ਅਤੇ ਹਰ ਚੀਜ਼ 'ਚ ਮਿਊਜ਼ਿਕ ਪੰਜਾਬ 'ਚ ਹਰ ਚੀਜ਼ ਅਤੇ ਹਰ ਬੰਦਾ ਰਿਧਮ ਆਇਆ ਭੰਗੜਾ ਕਿੰਨਾ ਪੰਜਾਬ ਦੇ ਵਿੱਚ ਗਿੱਧਾ ਕਿੰਨਾ ਉਹ ਸਾਰਾ ਮਿਊਜ਼ਿਕ ਨਾਲ ਰਿਲੇਟਡ ਹੀ ਹੈ ਸੋ ਜ਼ਰੂਰੀ ਮਤਲਬ ਉਹ ਪਾਰਟ ਹੈ ਆਪਣਾ ਇਹ ਆਪਾਂ ਇਹ ਖਤਮ ਨਹੀਂ ਹੋ ਸਕਦਾ ਕਦੇ ਜ਼ਿੰਦਗੀ 'ਚ ਖਤਮ ਨਹੀਂ ਹੋ ਸਕਦਾ ਇਹਦੀਆਂ ਵੇਰੀਏਸ਼ਨਸ ਨੇ ਇਹ ਚੰਗਾ ਬੜਾ ਜ਼ਰੂਰ ਹੋ ਸਕਦਾ ਪਰ ਖਤਮ ਨਹੀਂ ਹੋ ਸਕਦਾ ਨੂਰ ਤੁਸੀਂ ਬਾਜਰੇ ਦਾ ਸਿੱਟਾ ਫਿਲਮ ਕਰ ਰਹੇ ਹੋ ਅੱਗੇ ਹੋਰ ਵੀ ਪ੍ਰੋਜੈਕਟਸ ਕਰੋਗੇ ਔਰ ਫਿਲਮ ਦੇ ਵਿੱਚ ਇੱਕ ਚੰਕ ਦੇ ਵਿੱਚ ਦਿਖਾਇਆ ਗਿਆ ਕਿਵੇਂ ਰੋਕਿਆ ਜਾਂਦਾ ਟੈਲੈਂਟ ਨੂੰ ਤੁਸੀਂ ਇੱਕ ਲੋਕਡਾਊਨ ਸਟਾਰ ਹੋ ਲੋਕਡਾਊਨ ਦੇ ਵਿੱਚ ਤੁਸੀਂ ਆਏ ਐਂਡ ਤੁਸੀਂ ਛਾ ਗਏ ਹਰ ਕਿਸੇ ਨੇ ਤੁਹਾਨੂੰ ਪਸੰਦ ਕੀਤਾ ਐਵਰੀਬਡੀ ਵਾਜ਼ ਲਵਿੰਗ ਯੋਰ ਵੀਡੀਓਜ਼ ਐਂਡ ਦੈਨ ਫਾਈਨਲੀ ਯੂ ਹੈਵ ਦ ਬਿਗ ਬ੍ਰੇਕ ਕਿ ਤੁਸੀਂ ਫਿਲਮ ਵੀ ਕਰ ਰਹੇ ਹੋ ਦੈਟ ਮੀਨਸ ਤੁਸੀਂ ਉਹ ਜਿਹੜੀ ਪੂਰੀ ਜਰਨੀ ਹੈ ਉਹਦੇ ਵਿੱਚ ਜਿਹੜੀ ਆਡੀਅੰਸ ਤੁਹਾਡੇ ਨਾਲ ਜੁੜ ਰਹੀ ਸੀ ਉਹਨਾਂ ਨੂੰ ਆਪਣੀ ਟੈਲੈਂਟ ਦੇ ਨਾਲ ਤੁਸੀਂ ਉਹਨਾਂ ਨੂੰ ਖੁਸ਼ ਕੀਤਾ ਤਾਂ ਹੀ ਇੱਥੋਂ ਤੱਕ ਤੁਸੀਂ ਪਹੁੰਚੇ ਹੋ ਜੇ ਤੁਹਾਡੀ ਜਰਨੀ ਦੀ ਗੱਲ ਕਰਾਂ ਵਰ ਦੇਅਰ ਡੇਜ਼ ਜਦੋਂ ਤੁਹਾਨੂੰ ਇੱਦਾਂ ਲੱਗਦਾ ਸੀ ਵੀ ਨਹੀਂ ਮਤਲਬ ਲੋਕਡਾਊਨ 'ਚ ਵੀਡੀਓ ਬਣਾ ਕੇ ਕੀ ਲੈ ਲੂੰਗੀ ਮੈਂ ਕੀ ਬਣ ਜਾਏਗਾ ਮੇਰਾ ਐਂਡ ਸਡਨਲੀ ਯੂ ਆਰ ਡੂਇੰਗ ਅ ਫਿਲਮ ਮੈਂ ਵੈਸੇ ਸ਼ੁਰੂ ਹੀ ਕੁਛ ਸੋਚ ਕੇ ਨਹੀਂ ਸੀ ਕੀਤਾ ਬਿਲਕੁਲ ਐਂ ਸ਼ੌਂਕ ਨੂੰ ਸ਼ੁਰੂ ਕੀਤਾ ਸੀਗਾ ਕਿਉਂਕਿ ਮੇਰੇ ਕੋਲ ਟਾਈਮ ਸੀਗਾ ਅਤੇ ਮੈਂ ਕਿਹਾ ਟਾਈਮ ਹੈਗਾ ਤਾਂ ਪਹਿਲਾਂ ਟਾਈਮ ਨਹੀਂ ਸੀ ਹੁੰਦਾ ਜਦੋਂ ਯੂਨੀਵਰਸਿਟੀ ਜਾਣਾ ਪੈਂਦਾ ਸੀਗਾ ਅਤੇ ਸ਼ਾਮ ਨੂੰ ਮੁੜੀਦਾ ਸੀ ਥੱਕੇ ਹਾਰੇ ਮੁੜੀਦਾ ਸੀ ਦੈਂਡ ਪੜ੍ਹਨ ਨੂੰ ਬਹੁਤ ਚੀਜ਼ਾਂ ਹੁੰਦੀਆਂ ਸੀ ਅਸਾਈਨਮੈਂਟਸ ਫਲਾਣਾ ਟਮਕਾਣਾ ਹੈ ਨਾ ਬਹੁਤ ਕੁਛ ਹੁੰਦਾ ਸੀ ਅਤੇ ਉਦੋਂ ਜਦੋਂ ਮੈਨੂੰ ਟਾਈਮ ਮਿਲਿਆ ਤਾਂ ਮੈਂ ਕਿਹਾ ਵਾਈ ਨੋਟ ਵਰਕ ਔਨ ਯੋਰ ਪੈਸ਼ਨ ਬਿਕੋਜ਼ ਆਈ ਲਵਡ ਮਿਊਜ਼ਿਕ ਸਿੰਸ ਦ ਡੇ ਵਨ ਜਦੋਂ ਮੈਂ ਸਕੂਲ 'ਚ ਹੁੰਦੀ ਸੀ ਉਦੋਂ ਦਾ ਤਾਂ ਮੈਂ ਬਿਲਕੁਲ ਐਂ ਕੁਛ ਸੋਚ ਕੇ ਨਹੀਂ ਸੀ ਕੀਤਾ ਵੀ ਇਸ ਫੀਲਡ 'ਚ ਜਾਣਾ ਅਤੇ ਮੈਨੂੰ ਕਾਫੀ ਲੋਕ ਕਹਿੰਦੇ ਸੀਗੇ ਦੈਟ ਪੁੱਟ ਯੋਰ ਸਟੱਫ ਔਨ ਯੂਟਿਊਬ ਤਾਂ ਮੈਂ ਕਿਹਾ ਓਕੇ ਲੈਟਸ ਫਾਈਨਲੀ ਐਕਸਪਲੋਰ ਦੈਟ ਅਤੇ ਉਹ ਅਨਐਕਸਪੈਕਟਡਲੀ ਇੰਨਾ ਗਰੋ ਕਰ ਗਿਆ ਅਤੇ ਅੱਜ ਦਾ ਦਿਨ ਆ ਉਹ ਦਿਨ ਸੀ ਅੱਜ ਦਾ ਦਿਨ ਆ ਅਤੇ ਤੁਹਾਡੇ ਸਾਹਮਣੇ ਹੀ ਆ ਐਂਡ ਬਹੁਤ ਕੁਇਕਲੀ ਇਹ ਚੀਜ਼ ਮੈਨੂੰ ਵੀ ਪ੍ਰੋਸੈਸ ਕਰਨ 'ਚ ਕਿਉਂਕਿ ਲੋਕਡਾਊਨ ਸਭ ਕੁਛ ਹੋ ਗਿਆ ਤਾਂ ਜਦੋਂ ਬਾਹਰ ਨਿਕਲੇ ਤਾਂ ਪਤਾ ਲੱਗਿਆ ਕਿ ਓਕੇ ਕਾਫੀ ਹੋ ਗਿਆ ਸੋ ਉਦੋਂ ਮੈਨੂੰ ਹਾਂ ਸੋ ਆਈ ਐਮ ਸਟਿਲ ਗੈਟਿੰਗ ਯੂਜ਼ ਟੂ ਦ ਫੈਕਟ ਦੈਟ ਆਈ ਐਮ ਇਨ ਟੂ ਦਿਸ ਨਾਓ ਐਂਡ ਅਤੇ ਬਹੁਤ ਵਧੀਆ ਲੱਗ ਰਿਹਾ ਮੈਨੂੰ ਡੈਫੀਨੇਟਲੀ ਤਾਨਿਆ ਜੇ ਫਿਲਮ ਦੇ ਹੁਣ ਤੱਕ ਦੇ ਜਿੰਨੇ ਵੀ ਗਾਣੇ ਆਊਟ ਹੋਏ ਨੇ ਉਹਨਾਂ ਸਾਰਿਆਂ 'ਚ ਜੇ ਗੱਲ ਕਰੀਏ ਵਿਚ ਵਨ ਇਜ਼ ਯੋਰ ਫੇਵਰੇਟ ਲਾਈਕ ਬਹੁਤ ਬਹੁਤ ਪਸੰਦ ਹੈ ਬਾਰ ਬਾਰ ਆਪਣੇ ਪਲੇਲਿਸਟ 'ਤੇ ਵੀ ਚਲਾਉਂਦੇ ਹੋ
सारे गाने बहुत सोने ने, पर मेरा पर्सनल फेवरेट है सुरमेदानी. सुरमेदानी एवरीबॉडी नोज दैट. मैं नी रील्स पाती हूं देते ओ पर्सनली दैट्स वेरी क्लोज टू माय हार्ट. ओ गाया भी बहुत सोना है दोनों ने, नूर ने, ज्योतिका ने. ओदा म्यूजिक जयदेव सर ने कीता है, वी ने कीता है, एंड सर ने सारा चेकआउट किया, उन्हों दे लिरिक्स वगैरह लिखे ने. सो इट्स एवरीथिंग इज सो अप टू द मार्क सारे ही सॉन्ग्स दा. बट इफ यू हैव आस्क्ड मी मेरा पर्सनल केड़ा है ते सुरमेदानी. एमी, तानिया, नूर, जस जी, तो हानू चारा नू एक गल कहना चाहूँगी दैट आउट ऑफ माय जॉब मैनू बहुत वरी, आउट ऑफ माय पोजिशन मैनू बहुत वरी कहना पैंदा कि बहुत वधिया लगा मैनू, बहुत वधिया लगा मैनू ट्रेलर, बहुत मज़ा आ रहा है ये वो, पर मैनू जेन्युइनली बहुत वधिया लगा, सेइंग इट फ्रॉम माय हार्ट. दिस वन वी वर डिस्कसिंग आपस च कि वी आर वाउचिंग फॉर दिस फिल्म, और बहुत घट पंजाबी फिल्में होंगे जिदे ते असी बीइंग एंकर्स, बीइंग द पार्ट ऑफ दिस इंडस्ट्री, असी वाउच करते हैं कि ये चलेगी या ये वधिया फिल्म है, एटलीस्ट इन्ना तो कहने कि वधिया फिल्म है. सो मैनी मैनी कॉन्ग्रेचुलेशन फॉर यू ऑन दैट एंड ऑल द वेरी बेस्ट. एंड आई रियली होप कि जिस चीज़ से असी भी वाउच कर रहे हैं वो ऑडियंस तक पहुँचे, चले, तो तुम इदा ही सोहनिया स्क्रिप्ट लैके आते रहो, बिकॉज वी रियली स्पैशली फॉर तानिया मैं बहुत खुशी होंगी जो तुम सोहनिया फिल्म सोहनिया कहानियां लेके आते. थैंक यू ऑल द वेरी बेस्ट एंड आई होप कि बाजरे का सिट्टा बहुत वधिया करे. थैंक यू फॉर टॉकिंग टू अस. ए सेगा PTC शोकेस एंड इसे फिलहाल ही मैनू यानी सारा दो इजाजत, सत श्री अकाल.